ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਖਵਾਸਪੁਰ ਵਿਖੇ ਚੱਲੀ ਗੋਲੀ, ਇੱਕ ਦੀ ਮੌਤ ਅਤੇ 3 ਗੰਭੀਰ ਜ਼ਖਮੀ। ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ 2 ਧਿਰਾਂ ਦੇ ਵਿੱਚ ਮਾਮੂਲੀ ਤਕਰਾਰ ਹੋਈ ਹੈ ਕਿਸੇ ਗੱਲ ਨੂੰ ਲੈ ਕੇ, ਸੋ ਦੂਜੀ ਧਿਰ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ। ਮੌਕੇ ਤੇ SHO ਪਹੁੰਚੇ ਨੇ ਅਤੇ ਉਨ੍ਹਾਂ ਕਿਹਾ ਕਿ ਬਲਵਿੰਦਰ ਸਿੰਘ ਕਾਲੇ ਦੀ ਮੌਤ ਹੋ ਚੁੱਕੀ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਰਾਤ ਸਾਡੇ ਮੁੰਡੇ ਗਏ ਉਧਰ ਆਪਣੇ ਬਾਬੇ ਜੀਵਨ ਸਿੰਘ ਦੇ ਗੁਰਦੁਆਰੇ ਦੇ ਕਿਸੇ ਦੇ ਸਤਸੰਗ ਹੀ ਲਾਗੇ ਮਸੀਹ ਆਇਆ ਵਾ, ਉੱਧਰ ਉਹ ਮੁੰਡੇ ਚਲੇ ਗਏ ਆ। ਇਹ ਚੜੇ ਆਮ 4 ਮੁੰਡੇ ਉਹਨਾਂ ਦੇ ਘਰ ਵੜ ਕੇ, ਜਨਾਨੀਆਂ ਦੇ ਵੀ ਪਿਸਤੌਲ ਤੇ, ਸਾਡੇ ਪ੍ਰਧਾਨ ਦਾ ਲੜਕਾ ਵਾ ਉਹਦੇ ਕੰਨ ਤੇ ਇਹਨਾਂ ਪਿਸਤੌਲ ਰੱਖਿਆ, ਤੁਸੀਂ ਸਤਸੰਗ ਕਿਉਂ ਕਰ ਰਹੇ ਹੋ? ਕਹਿੰਦਾ ਕੋਈ ਗੱਲ ਨਹੀਂ ਯਾਰ, ਅਸੀਂ ਕਿਹੜਾ ਕਿਸੇ ਨੂੰ ਮਾੜਾ ਚੰਗਾ ਕਹਿੰਦੇ। ਫਿਰ ਸਵੇਰੇ ਇਹਨਾਂ ਨੇ ਆ ਕੇ ਸ਼ਰੇ ਆਮ ਫਿਰ ਉਹਨਾਂ ਨੂੰ ਗੋਲੀਆਂ ਮਾਰ ਕੇ, ਜਿਨ੍ਹਾਂ ਦੇ ਵਿੱਚੋਂ ਸਾਡਾ ਵੱਡਾ ਭਰਾ ਵਾ ਉਹਦੀ ਮੌਤ ਹੋ ਚੁੱਕੀ ਆ, ਦੂਜੇ ਮੁੰਡੇ ਵੀ ਸੀਰੀਅਸ ਆ। ਅੰਨੇ ਵਾਹ ਗੋਲੀਆਂ ਚਲਾਈਆਂ, ਦਿਨ ਦੀਵੀ ਇਹਨਾਂ ਨੇ ਗੋਲੀਆਂ ਚਲਾਈਆਂ। ਇਹ ਜੋ ਵੀ ਹੋ ਰਿਹਾ ਇਹ ML ਮਨਜਿੰਦਰ ਦੀ ਸ਼ਹਿਰ ਦੇ ਉੱਤੇ ਹੋ ਰਿਹਾ ਵਾ, ਤੇ ਸਾਡੇ ਨਾਲ ਜਾਤੀ ਪਾਤੀ ਦਾ ਵਿਤਕਰਾ ਕਰਦਾ। ਅਸੀਂ ਮਜ਼ਹਬੀ ਸਿੱਖ ਆ, ਗੁਰੂ ਦੇ ਬੇਟੇ ਆ, ਬਾਬਾ ਜੀਵਨ ਸਿੰਘ ਦੀ, ਬਾਬਾ ਦੀਪ ਸਿੰਘ ਦੀ ਔਲਾਦ ਆ, ਵਾਲਮੀਕ ਦੀ ਭਗਵਾਨ। ਇਹਨਾਂ ਲੋਕਾਂ ਦਾ ਜੀਣਾ ਆਰਾਮ ਕਰ ਦਿਆਂਗੇ ਅਸੀਂ। ਇਹ ਵੜ ਕੇ ਵੇਖੇ ਕਿਸੇ ਪਿੰਡ ਦੇ ਵਿੱਚ, ਇਹ ਮਨਜਿੰਦਰ ਨੂੰ ਅਸੀਂ ਡਾਵਾਂਗੇ ਸਾਡੇ ਮੁੰਡੇ। ਇਹ ਭਾਜੀ ਇੱਥੇ 4 ਜਣੇ ਮੁੰਡੇ ਸੀ ਗੱਡੀ 'ਚੋਂ ਨਿਕਲੇ, ਤੇ ਉਹਨਾਂ ਦੇ ਹੱਥ 'ਚ 2-2 ਰਿਵੋਲਵਰ ਸੀ। ਅੱਛਾ। ਉਹਨਾਂ ਫਾਇਰ ਕੀਤੇ, ਮੇਰੇ 'ਤੇ ਵੀ 4 ਫਾਇਰ ਕੀਤੇ, ਚੱਲ ਮੈਂ ਲੰਮੇ ਪੈ ਗਿਆ, 2 ਬਚ ਗਿਆ, ਤੇ ਤਾਏ ਮੇਰੇ ਦੇ 4 ਗੋਲੀਆਂ ਲੱਗੀਆਂ ਸੀ, ਡੈਥ ਹੋ ਗਈ। ਤੇ 2 ਮੇਰੇ ਇੱਕ ਬ੍ਰਦਰ ਆ ਛੋਟਾ, ਉਹਦੇ ਬਾਂਹ 'ਤੇ ਗੋਲੀ ਲੱਗੀ ਆ, ਤੇ ਇੱਕ ਦੇ ਨਲਾਂ 'ਚ ਗੋਲੀ ਲੱਗੀ ਆ, ਉਹ ਵੀ ਚਾਚੇ ਦਾ ਮੁੰਡਾ। ਕਿੰਨੇ ਜਣੇ ਦੇ ਇੱਥੇ ਹੋਈ ਆ? ਨਹੀਂ, 1 ਜਣੇ ਦੀ ਹੋਈ, 2 ਜਣੇ ਦੇ ਜ਼ਖਮੀ ਗੋਲੀ ਲੱਗੀ। ਸੀਰੀਅਸ ਜ਼ਿਆਦਾ ਆ। ਸਰਚ ਕਮੇਟੀ ਦਾ ਸੀਨੀਅਰ ਮੀਤ ਪ੍ਰਧਾਨ ਹੈ ਜੀ, ਖਵਾਸਪੁਰ ਤੋਂ, ਕਾਈ ਤੋਂ। ਇਹ ਸਰ ਆ ਜੀ, ਰਾਤ ਸਾਡੇ ਇੱਥੇ ਪਹਿਲਾਂ ਗੱਲ ਹੋਈ ਆ ਵੀ ਇੱਥੇ ਕੋਈ ਪਾਸਟਰ ਦਾ ਪ੍ਰੋਗਰਾਮ ਸੀਗਾ, ਠੀਕ ਹੈ ਜੀ। ਜਦੋਂ ਰਾਤ ਇਹਨਾਂ ਨੂੰ ਪ੍ਰਸ਼ਾਸਨ ਨੂੰ ਦੱਸ ਦਿੱਤਾ ਗਿਆ ਵੀ ਆ ਸਾਡੇ ਇੱਥੇ ਝਗੜਾ ਹੋਣ ਵਾਲਾ, ਰਾਤ ਦਾ ਪ੍ਰਸ਼ਾਸਨ ਬਿਲਕੁਲ ਸੁੱਤਾ। ਜਾ ਕੇ ਉਹਨਾਂ ਨੂੰ ਪਤਾ ਕੀ ਕਹਿੰਦੇ ਆ, ਥਾਣੇ ਰਿਪੋਰਟ ਦੇ ਕੇ ਆਓ, ਥਾਣੇ ਜਾਓ। ਦੱਸੋ ਇਹ ਚੌਂਕੀ ਕਾਹਦੇ ਵਾਸਤੇ ਬਣਾਈ ਹੈ? ਇਹਦਾ ਮਤਲਬ ਵੀ ਇਹ ਮਤਲਬ MLA ਦੀ ਸ਼ਾਇਦ ਜੋ ਮਰਜ਼ੀ ਹੋ ਰਿਹਾ, ਐਡੀ ਗੰਦੀ ਸਰਕਾਰ ਆ, ਕਹਿੰਦੀ ਵੀ ਰੰਗਲਾ ਪੰਜਾਬ ਬਣਾਉਣਾ, ਵਾਕਿਆ ਰੰਗਲਾ ਬਣਾਤਾ, ਖੂਨ ਨਾਲ ਰੰਗਲਾ ਕਰ ਦਿੱਤਾ ਇਹਨਾਂ ਨੇ। ਆਹ ਸਾਡੇ ਪਿੰਡ ਅੱਜ ਗੈਂਗਵਾਰ ਹੋ ਗਈ ਆ। ਕਿੰਨੇ ਜਣਿਆਂ ਦੀ ਮੌਤ ਹੋਈ? ਅਜੇ 1 ਜਣੇ ਦੀ ਹੋਈ ਹੈ ਜੀ, ਪੁਸ਼ਟੀ ਹੋਈ। ਬਾਕੀ ਸਾਰੇ ਹਸਪਤਾਲ ਆ, ਜੇਰੇ ਲਾ, ਪਤਾ ਨਹੀਂ ਉਹ ਵੀ ਵਿਚਾਰੇ ਬਚਣੇ ਕਿ ਨਹੀਂ ਬਚਣੇ। 4-4, 5-5 ਗੋਲੀਆਂ ਵੱਜੀਆਂ, 2-2 ਹੱਥਾਂ ਨਾਲ ਗੋਲੀਆਂ ਚਲਾਉਂਦੇ ਜਾਗਦਾ। ਦੱਸੋ ਆਹ ਬੰਦੇ ਨੂੰ ਕਦੇ ਹਥਿਆਰ ਨਹੀਂ ਹੈਗਾ, ਇਹਨਾਂ ਨੂੰ ਹਥਿਆਰ ਕਿੱਥੋਂ ਆਏ ਆ, ਕਿੱਥੋਂ ਹਥਿਆਰ ਆਏ ਆ ਦੱਸੋ? ਅੱਜ ਇੱਥੇ 5 ਮੁੰਡੇ ਆਏ ਆ ਜੀ ਗੱਡੀ ਦੇ ਵਿੱਚ, I-20 ਦੇ ਵਿੱਚ ਆਏ ਸੀਗੇ। ਇੱਥੇ ਕਾਲਾ ਇਲਿਸ ਬਲਬੀਰ ਸਿੰਘ, ਪੁੱਤਰ ਜਗੀਰ ਸਿੰਘ ਆ, ਉਹਨੂੰ ਇੱਥੇ ਆ ਕੇ ਉਹਨਾਂ ਨੇ ਗੋਲੀਆਂ ਮਾਰੀਆਂ ਨੇ, ਅਤੇ ਉਹਨੂੰ 2 ਮੁੰਡੇ ਬਚਾਉਣ ਆਏ ਆ, ਉਹਨਾਂ ਦੇ ਵੀ 1-1 ਫਾਇਰ ਕਰਕੇ, ਅਤੇ ਉਹਦੀ ਜਗੀਰ ਸਿੰਘ ਦੀ, ਆਦੀ ਬਲਵਿੰਦਰ ਸਿੰਘ ਦੀ ਜਿਹੜੀ ਕਾਲੇ ਦੀ ਮੌਕੇ 'ਤੇ ਡੈਥ ਹੋ ਗਈ ਆ, ਅਤੇ ਉਹ 2 ਦੂਜੇ ਮੁੰਡੇ ਇੰਜਰਡ ਹੋਏ ਆ, ਉਹਨਾਂ ਨੂੰ ਹੋਸਪਿਟਲ ਭੇਜਿਆ ਗਿਆ। ਅਤੇ ਇਹ ਜਿਹੜੇ ਬੰਦੇ ਆ ਗੋਲੀਆਂ ਮਾਰ ਕੇ ਅਤੇ ਇੱਧਰ ਨੂੰ ਜਿਹੜੇ ਆਪਣੇ ਗੱਡੀ ਭਜਾ ਕੇ ਮੌਕੇ ਤੋਂ ਫਰਾਰ ਹੋ ਗਏ ਆ, ਵੱਖ ਵੱਖ ਟੀਮਾਂ ਬੁਲਾ ਲਈਆਂ ਨੇ, ਉਹਨਾਂ ਦੇ ਰੇਡ ਕਰ ਰਹੇ ਹਾਂ, ਅਤੇ 1-2 ਦਿਨ ਦੇ ਵਿੱਚ ਸਾਰੇ ਜਿਹੜੇ ਦੋਸ਼ੀ ਆ ਸਲਾਖਾਂ ਦੇ ਪਿੱਛੇ ਹੋ। ਝਗੜੇ ਦੀ ਵਜ੍ਹਾ ਰੰਜਸ ਕੀ ਇਹਨਾਂ ਦੀ? ਵਜ੍ਹਾ ਰੰਜਸ ਕੋਈ ਮਾੜਾ ਮੋਟਾ, ਇਹਨਾਂ ਦਾ ਰਾਤੀ ਕਿਤੇ ਤਕਰਾਰ ਹੋਇਆ ਵਾ, ਉਹ ਤਕਰਾਰ ਤੋਂ ਬਾਅਦ ਮੁੜ ਕੇ ਆਏ ਜਿਹੜੀ ਆ, ਅੱਜ ਸਵੇਰੇ ਉਹ ਮੁੰਡੇ ਲੈ ਕੇ ਆਇਆ ਨਾਲ, ਅਤੇ ਉਹਨਾਂ ਆ ਕੇ ਇਹਨੂੰ ਗੋਲੀਆਂ ਮਾਰ ਕੇ ਅਤੇ ਮੌਤ ਦੇ ਘਾਟ ਉਤਾਰਤਾ। ਪਰਿਵਾਰ ਦਾ ਕਹਿਣਾ ਕਿ ਜਿਹੜੇ 3 ਜਣੇ ਜ਼ਖਮੀ ਨੇ ਅਤੇ 1 ਜਣੇ ਦੀ ਮੌਤ ਹੋ ਗਈ ਜਿਹੜੀ? ਹਾਂ, 1 ਜਣੇ ਦੀ ਡੈਥ ਹੋਈ ਆ, 2 ਜਣੇ ਜਿਹੜੇ ਆ ਉਹ ਇੰਜਰਡ ਨੇ, 1 ਦੀ ਬਾਂਹ 'ਚ ਗੋਲੀ ਲੱਗੀ ਆ, 1 ਦੇ ਪੱਟ 'ਚ ਲੱਗੀ ਆ ਗੋਲੀ, ਉਹ ਇਲਾਜ ਲਈ ਜਿਹੜੇ ਆ ਹੋਸਪਿਟਲ ਭੇਜੇ ਗਏ ਆ।